ਇੰਡੋ ਕੈਨੇਡੀਅਨ ਕਲਾਕਾਰ ਮੰਚ ਕੈਲਗਰੀ ਅਤੇ ਰੇਡੀਓ ਸੁਰ ਸੰਗਮ ਕੈਲਗਰੀ ਵੱਲੋਂ ਇੱਕ 뮤직 ਫੈਸਟੀਵਲ ਕਰਵਾਇਆ ਗਿਆ। ਇਸ 뮤직 ਫੈਸਟੀਵਲ ਵਿੱਚ ਕੈਲਗਰੀ ਅਤੇ ਐਡਮਿੰਟਨ ਤੋਂ ਕਲਾਕਾਰਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਪ੍ਰੋਗਰਾਮ ਦਾ ਸੰਚਾਲਨ ਰੇਡੀਓ ਸੁਰ ਸੰਗਮ ਕੈਲਗਰੀ ਤੋਂ ਕੁਲਵਿੰਦਰ ਕੁੱਕੀ ਨੇ ਕੀਤਾ। ਇਸ ਮੌਕੇ 'ਤੇ ਕਮਿਊਨਿਟੀ ਦੀਆਂ ਉੱਘੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਅਲਬਰਟਾ ਦੇ ਮੰਤਰੀ ਮਨਵੀਰ ਸਿੰਘ ਭੁੱਲਰ ਨੂੰ ਕਮਿਊਨਿਟੀ ਸਰਵਿਸਿਜ ਅਵਾਰਡ ਅਤੇ ਪਾਲੀ ਵਿਰਕ ਨੂੰ ਸੋਸ਼ਲ ਸਰਵਿਸਿਜ ਅਵਾਰਡ ਦਿੱਤਾ ਗਿਆ। ਇਸ ਤੋਂ ਇਲਾਵਾ ਦਰਸ਼ਨ ਖੇਲਾ ਨੂੰ ਲਾਲ ਚੰਦ ਜਮਲਾ ਅਵਾਰਡ ਅਤੇ ਉਪਿੰਦਰ ਮਠਾਰ ਨੂੰ ਸ਼ਾਈਨਿੰਗ ਸਟਾਰ ਆਫ ਅਲਬਰਟਾ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਲੋਕਾਂ ਨੇ ਇਸ ਪ੍ਰੋਗਰਾਮ ਦਾ ਭਰਪੂਰ ਆਨੰਦ ਮਾਣਿਆ। ਕੀਮਤੀ ਸਮਾਂ ਸਾਡੇ ਲਈ ਕੱਢਿਆ, ਇਸ ਪ੍ਰੋਗਰਾਮ ਦੀ ਰੌਣਕ ਵਧਾਈ, ਇਹਨਾਂ ਕਲਾਕਾਰਾਂ ਦੀ ਹੌਸਲਾ ਅਫਜ਼ਾਈ ਕੀਤੀ, ਸਾਡੀ ਹੌਸਲਾ ਅਫਜ਼ਾਈ ਕੀਤੀ ਜੀ। ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੁਹਾਡੇ ਲਈ ਇੱਕ ਖਾਸ ਸ਼ੇਅਰ ਸਾਰਿਆਂ ਦੇ ਲਈ, ਚੱਲ ਕੇ ਇੱਥੇ ਆਉਣ ਲਈ ਮਿਹਰਬਾਨੀ ਸ਼ੁਕਰੀਆ, ਚੱਲ ਕੇ ਇੱਥੇ ਆਉਣ ਲਈ ਮਿਹਰਬਾਨੀ ਸ਼ੁਕਰੀਆ, ਇੰਨਾ ਪਿਆਰ ਦਿਖਾਉਣ ਲਈ ਮਿਹਰਬਾਨੀ ਸ਼ੁਕਰੀਆ। ਇਸ ਕੰਮਾਂ ਵਾਲੀ ਦੁਨੀਆ ਵਿੱਚ ਕੋਈ ਬਿੰਦ ਕਿਸੇ ਕੋਲ ਖੜਦਾ ਨਹੀਂ, ਇਸ ਕੰਮਾਂ ਵਾਲੀ ਦੁਨੀਆ ਵਿੱਚ ਕੋਈ ਬਿੰਦ ਕਿਸੇ ਕੋਲ ਖੜਦਾ ਨਹੀਂ, ਚੰਦ ਘੜੀਆਂ ਸਾਥ ਨਿਭਾਉਣ ਲਈ ਮਿਹਰਬਾਨੀ ਸ਼ੁਕਰੀਆ, ਮਿਹਰਬਾਨੀ ਸ਼ੁਕਰੀਆ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਬੰਦੇ ਦਾ ਬਸ ਪਿਆਰ ਹੀ ਚੇਤੇ ਰਹਿ ਜਾਂਦਾ, ਹੋਰ ਕੋਈ ਦੱਸ ਦੁਨੀਆ ਤੋਂ ਕੀ ਲੈ ਜਾਂਦਾ। ਸੋਹਣਿਆਂ ਦੀ ਯਾਰੀ ਜੋਗਾ ਕਰਦੇ, ਰੱਬਾ ਸਾਨੂੰ ਸੋਹਣਿਆਂ ਦੀ ਯਾਰੀ ਜੋਗਾ ਕਰਦੇ।